ਪਸੰਦ ਹੈ ਜ਼ਾਕਿਰ, ਅਤੇ ਜਦੋਂ ਉਹਨੇ ਖੜੋਣਾ ਉਦੋਂ ਨਿਮਾਮ ਬਾਰਗਾਹ 'ਚ ਆਉਣਾ। ਇਹ ਨਹੀਂ ਦਿਲ 'ਚ ਸੋਚਣਾ ਕਿ ਕਮਲਾ ਬੰਦਾ ਉਹ ਜੱਲਾ ਬੰਦਾ ਜਿਹਦਾ ਜ਼ਿਕਰ ਹੈ, ਪਹਿਲੇ ਉਹਦੀ ਮਾਂ ਤਾਂ ਰਾਜ਼ੀ ਕਰ ਲਈਏ। ਹੁਸੈਨ ਦੀ ਪਾਕ ਮਾਂ ਨੂੰ ਰਾਜ਼ੀ ਕਰਨਾ ਚਾਹੀਦਾ। ਇਮਾਮ ਹੁਸੈਨ ਤੁਹਾਨੂੰ ਵਸਦਾ ਰੱਖਿਆ ਅਸੂਲੇ ਦੀ ਨਾ ਬਚਾਤੇ ਜੋ ਕਰਬਲਾ ਵਾਲੇ ਮੁਲਤਾਨ ਵਾਲੇ ਉਹ ਸਰ ਚਾਣਾ ਅਗਲੀ ਸਤਰ 'ਤੇ। ਅਸੂਲੇ ਦੀ ਨਾ ਬਚਾਤੇ ਜੋ ਕਰਬਲਾ ਵਾਲੇ ਵਰਕ ਵਰਕ ਯੇ ਕਹਾਨੀ ਬਿਖਰ ਗਈ ਹੋਤੀ, ਬਚਾ ਗਿਆ ਇਸੇ ਸਜਦਾ ਹੁਸੈਨ ਕਾ ਵਰਨਾ ਨਮਾਜ਼ ਅਸਰ ਸੇ ਪਹਿਲੇ ਹੀ ਮਰ ਗਈ ਹੋਤੀ। ਸਦਕੇ ਸਲਾਮ ਹੈ ਜੀ ਉਹ ਮਲੰਗ ਜ਼ਿੰਦਗੀ ਦਰਾਜ਼ ਹੋਏ ਮੁਲਤਾਨ ਅਜ਼ਾਦਾਰੀ ਵਾਲੇ ਵਸਦੇ ਰਹਿਣ, ਬਾਦਸ਼ਾਹ ਹੁਸੈਨ ਵਸਦਾ ਰੱਖੇ, ਮਾਲਕ ਵਸਦਾ ਰੱਖੇ। ਕਿਬਲਾ ਸਾਡੇ 'ਤੇ ਇਤਰਾਜ਼ ਕੀਤਾ ਜਾਂਦਾ ਕਿ ਸ਼ੀਆਂ ਦੇ ਕੋਈ ਮੁਸ਼ਕਿਲ ਕੁਸ਼ਾ ਬਣ ਜਾਵੇ ਤਾਂ ਅਦਨ ਯਾਲੀ ਮਦਦ, ਕੋਈ ਮੁਸ਼ਕਿਲ ਬਣ ਜਾਵੇ ਤਾਂ ਅਦਨ ਯਾਲੀ ਮਦਦ, ਸੌਂਦੇ ਉੱਠਦੇ ਬਹਿੰਦੇ ਯਾਲੀ ਮਦਦ ਯਾਲੀ ਮਦਦ ਯਾਲੀ ਮਦਦ ਹੀ ਕਹਿੰਦੇ ਰਹਿੰਦੇ ਨੇ। ਉਹਨਾਂ ਦੇ ਅੱਖ 'ਚ ਅੱਖ ਪਾ ਕੇ ਤੁਹਾਡੇ ਪੁੱਤਰ ਤੁਹਾਡੇ ਵੇਰਾ ਦੱਸਿਆ, ਮੈਂ ਕਿਹਾ ਕਮਲੇ ਬੰਦਾ ਜੱਲਾ ਬੰਦਾ ਤੈਨੂੰ ਸਾਡੇ ਅਕੀਦੇ ਦਾ ਪਤਾ ਹੀ ਨਹੀਂ, ਆਹ ਮਿੰਬਰ ਹੁਸੈਨ 'ਤੇ ਖੜ ਕੇ ਜਿਹੜੀ ਬਾਤ ਕਰਨ ਲੱਗਾ, ਮੈਂ ਆਪਣਾ ਤੈਨੂੰ ਅਕੀਦਾ ਦੱਸਣ ਲੱਗਾ, ਮੈਂ ਕਿਹਾ ਸਾ ਕਿਉਂ ਨਾ ਆਖਿਆ ਯਾ ਅਲੀ ਮਦਦ ਯਾ ਅਲੀ ਮਦਦ, ਮੈਂ ਕਿਹਾ ਕਮੀਨਾ ਅਲੀ ਕਾ ਨਾਮ ਬੁਲਾ ਕਰ ਨਮਾਜ਼ ਕੈਸੇ ਪੜ੍ਹੂੰ, ਚਰਾਗ ਜ਼ੀਸਤ ਬੁਝਾ ਕਰ ਨਮਾਜ਼ ਕੈਸੇ ਪੜ੍ਹੂੰ, ਅਗਰ ਵਜੂਦ ਅਲੀ ਕਾ ਹੈ ਬੇ ਕਾ ਨੁਕਤਾ ਤੋ ਮੈਂ ਬੇਸੇ ਨੁਕਤਾ ਹਟਾ ਕਰ ਨਮਾਜ਼ ਕੈਸੇ ਪੜ੍ਹੂੰ। ਮਾਲਕ ਵਸਦਾ ਰੱਖੇ ਮੈਂ ਬੇਸੇ ਨੁਕਤਾ ਹਟਾ ਕਰ ਨਮਾਜ਼ ਕੈਸੇ ਪੜ੍ਹੂੰ, ਅਕੀਦੇ ਵਾਲੀ ਸੱਤਰ ਆਖਾਂ ਬੋਲੋ ਅਕੀਦੇ ਵਾਲੀ ਸੱਤਰ ਲਾਲਾ, ਮੈਂ ਬੇਸ ਨੁਕਤਾ ਹਟਾ ਕਰ ਨਮਾਜ਼ ਕੈਸੇ ਪੜ੍ਹੂੰ। ਮੈਂ ਕਿਹਾ ਵੋ ਜਿਸਕੀ ਨਾਮੇ ਅਲੀ ਸੇ ਨਮਾਜ਼ ਬਾਤਿਲ ਹੈ, ਵੋ ਜਿਸਕੀ ਨਾਮੇ ਅਲੀ ਸੇ ਨਮਾਜ਼ ਬਾਤਿਲ ਹੈ ਉਸੀ ਸੇ ਹਾਥ ਮਿਲਾ ਕਰ ਨਮਾਜ਼ ਕੈਸੇ ਪੜ੍ਹੂੰ। ਕਮਾਲ ਯਾਰ ਸਜਿਓ ਮਾਲਿਕ ਵਸਦਾ ਰੱਖੇ। ਅੱਛਾ ਅਗਰ ਮਹਿਸੂਸ ਨਾ ਕਰੋ ਤਾਂ ਇੱਥੇ ਸਾਹਮਣੇ ਤਸ਼ਰੀਫ ਲਾਇਓ, ਇਹ ਜਗ੍ਹਾ ਖਾਲੀ ਪਈ ਹੈ ਤੁਹਾਡੇ ਵਾਸਤੇ ਬਣਾਈ ਗਈ ਇਹ ਜਗ੍ਹਾ, ਆ ਜਾਓ ਆ ਜਾਓ ਬਿਸਮਿਲ੍ਲਾ। ਕਸੀਦਾ ਜੀ ਵਾਹ ਵਾਹ ਵਾਹ, ਕਸੀਦਾ ਜੀ ਚੌਥੇ ਇਮਾਮ ਦੀ ਇੱਜ਼ਤ ਦਾ ਜਸ਼ਨ ਗੁਜ਼ਰਿਆ ਬਾਦਸ਼ਾਹ ਦੀ ਵਿਲਾਦਤ ਦਾ, ਸੈਯਦ ਉਲ ਸਾਜਦੀਨ ਬਾਦਸ਼ਾਹ ਸ਼ਹਿਨਸ਼ਾਹ ਦੇ ਜਸ਼ਨ, ਇਹ ਕਲਾਮ ਪੜ੍ਹਿਆ ਮੇਰਾ ਦਿਲ ਕਰ ਪਿਆ ਕਿ ਇਤਨੀ ਕੀਮਤੀ ਧਰਤੀ ਇੱਥੇ ਮੈਂ ਜਨਾਬ ਦੇ ਕੋਲ ਦੁਆ ਹਾਸਿਲ ਕਰ ਲਵਾਂ ਕਲਾਮ ਪੜ੍ਹ ਕੇ। ਤੋ ਇੱਕ ਸਦਤ ਨਿਆਜ਼ ਮੌਲਾ ਤਵਜੋ, ਤੁਸੀਂ ਬੜਾ ਸਕੂਨ ਦੇ ਨਾਲ ਇਬਾਦਤ ਕਰੋ, ਇੰਨੀ ਹੱਕ ਇਬਾਦਤ ਕਰਨ ਦਾ, ਮੈਂ ਬੜੇ ਸਕੂਨ ਦੇ ਨਾਲ ਇਬਾਦਤ ਸਹੀ ਦਾ ਜ਼ਿਕਰ ਕਰ ਲਵਾਂਗਾ ਕਸੀਦਾ ਜਿਹੜੇ ਲਫਜ਼ਾਂ ਨਾਲ ਪਿਆਰ ਕਰਦੇ। ਇੱਕ ਸਦਤ ਦੇ ਤਵਜੋ, ਹੈ ਵੋ ਜ਼ੈਨੁਲ ਅਬਾ ਹੈ ਵੋ ਜ਼ੈਨੁਲ ਅਬਾ ਹੈ ਵੋ ਜ਼ੈਨੁਲ ਅਬਾ ਹੈ ਵੋ ਜ਼ੈਨੁਲ ਅਬਾ ਹੈ ਵੋ ਜ਼ੈਨੁਲ ਜ਼ੈਨੁਲ ਅਬਾ ਹੈ ਵੋ ਜ਼ੈਨੁਲ ਅਬਾ ਹੈ ਬਾਬਾ ਜੀ ਐਸੇ ਕਲਾਮ ਸਦੀਆਂ ਤੋਂ ਲਿਖੇ ਜਾਂਦੇ ਹੈ ਵੋ
ਹੁਸੈਨ ਲਬਾ ਹੈ, ਪਹਿਲੀ ਸੰਗਤ ਤੇ ਮਹਾਰਾਜ ਹੋ ਜਾਣਾ ਹੈ। ਲਬਾ ਹੈ ਹੁਸੈਨ ਲਬਾ ਹੈ, ਹੁਸੈਨ ਲਬਾ ਹੈ, ਹੁਸੈਨ ਵੋ ਸਜਦਾ ਨਬੀ ਜਿਸ ਕੋ ਸਜਦਾ ਕੀਆ ਹੈ, ਵੋ ਜ਼ੈਨ ਲਬਾ ਹੈ, ਵੋ ਜ਼ੈਨ ਲਬਾ ਹੈ, ਸਦਕੇ ਜਾਵਾ ਭਾਈ ਮੇਰਾ ਜੋ ਗਿਆ, ਵੋ ਜ਼ੈਨ ਲਬਾ ਹੈ, ਵੋ ਜ਼ੈਨ ਲਬਾ ਹੈ, ਵੋ ਜ਼ੈਨ ਲਬਾ ਹੈ, ਹੁਸੈਨ ਲਬਾ ਹੈ, ਹੁਸੈਨ ਲਬਾ, ਹੁਸੈਨ ਲਬਾ, ਵੋ ਸਜਦਾ ਨਬੀ ਜਿਸ ਕੋ ਸਜਦਾ ਕੀਆ ਹੈ, ਹੁਸੈਨ ਲਬਾ ਹੈ, ਹੁਸੈਨ ਲਬਾ ਹੈ, ਹੁਸੈਨ ਛੇਤ ਤਵਜੋ ਭਾਈ, ਕੌਣ ਸੈਦ ਸਾਜਦੀਨ ਹੈ, ਮਸ਼ਹੂਰ ਦੁਨੀਆ ਮੈਂ ਜਿਸ ਕੀ ਕਰੀਮੀ ਸਖੀ ਸ਼ੈਨ ਸ਼ਾਹ ਹੈ, ਅਲਲ ਸੇ ਕਦੀਮੀ ਵੋ ਜਿਸ ਕੀ ਇਬਾਦਤ ਮੈਂ ਰਹਿਤਾ ਖੁਦਾ ਹੈ, ਕਿਆ ਬਾਤ ਹੈ ਭਾਈ, ਮਾਲਕ ਵਸਦਾ ਰੱਖੇ ਬਾਦਸ਼ਾਹ ਹੁਸੈਨ, ਤੁਹਾਡੀ ਜ਼ਿੰਦਗੀ ਦਰਾਜ਼ ਫਰਮਾਵੇ, ਇਮਾਮ ਹੁਸੈਨ ਬਾਦਸ਼ਾਹ ਕਿਸੇ ਕਮੀਨੇ ਦਾ ਮੁਹਤਾਜ ਨਾ ਕਰੇ, ਵੋ ਜ਼ੈਨ ਲਬਾ ਹੈ, ਵੋ ਜ਼ੈਨ ਲਬਾ ਹੈ, ਭਾਈ ਜਾਨ ਵੋ ਜ਼ੈਨ ਲਬਾ, ਅਲਾਮਾ ਸਾਹਿਬ ਦਾ ਹੁਕਮ ਹੈ, ਵਾਦਾ ਵਫਾ ਹੋ ਗਿਆ, ਜਨਾਬ ਦੀ ਜ਼ਿਆਰਤ ਹੋ ਗਈ, ਵੋ ਜ਼ੈਨ ਲਬਾ ਹੈ, ਹਾਏ ਹਾਏ ਕੌਣ ਸੈਯਦ ਅਲ ਸਾਜਦੀਨ ਭਾਈ, ਸੱਤਰ ਤਵੱਜੋ ਹੈ, ਤੋਕੀਰ ਦੁਨੀਆ ਮੈਂ ਜਿਸ ਕੀ ਨਿਰਾਲੀ ਖੁਦਾ ਕੇ ਮਲਾਇਕ ਹੈ, ਜਿਸ ਕੇ ਸਵਾਲੀ ਜੋ ਬਿਮਾਰ ਹੋ ਕੇ ਸ਼ਿਫਾ ਬਾਟਦਾ ਹੈ, ਹੁਸੈਨ ਲਬਾ ਹੈ, ਹੁਸੈਨ ਲਬਾ ਹੈ,
ਅੱਖਾਂ ਵਸ ਪਈਆਂ, ਦੁਆ ਮਿਲ ਗਈ, ਦੁਆ ਮਿਲ ਗਈ। ਅਲਮਦਾਰ ਨੇ ਜਿਸ ਕਾ ਝੂਲਾ ਝੁਲਾਇਆ, ਜਿਸ ਪਾਕ ਸ਼ਬੀਰ ਨੇ ਸੁਲਾਇਆ, ਜਵਾਲੀਆ ਜਵਾਲੀਆ ਕੀ ਚਾਦਰ ਮੈਂ ਫਲਤਾ ਰਹਾ। ਬੋਲਣ ਦੇ ਯਾਰ ਸਦਕੇ ਜਾਵਾ, ਨਾ ਨਾ ਹੱਥ ਉੱਚੇ ਹੈਦਰ। ਮਾਲਕ ਵਸਤਾ ਰੱਖਿਆ ਸਾਹਿਬ ਮੇਰੇ ਭਾਈ ਹੋਰੀ ਪੜ੍ਹ ਸਨ ਅਤੇ ਮੈਂ ਜਨਾਬ ਨੂੰ ਕਿਸੇ ਦੇ ਸੁਣਾਉਂਦਾ ਇੱਕ ਦੋ, ਬਸ ਇੱਕ ਨਵਾਂ ਕਲਾਮ ਬਿਲਕੁਲ ਲਿਖਿਓ ਜਾਂ ਆਪਣਾ ਜਿਹੜਾ ਮੈਂ ਜਨਾਬ ਨੂੰ ਸੁਣਾਉਣਾ ਚਾਹੁੰਦਾ। ਬੰਦੇ ਸਾਡੇ ਤੋਂ ਇਤਰਾਜ਼ ਕਰਦੇ ਨੇ ਜੀ ਸ਼ੀਆ ਕਰਬਲਾ ਜਾਂਦੇ ਨੂੰ, ਕਰਬਲਾ ਜਗ੍ਹਾ ਹੈ ਕਿਹੜੀ? ਤਵੱਜੋ ਭਾਈ, ਪੈਂਡਾ ਕੱਢ ਕੇ ਜਾਂਦੇ ਲਾਲਾ ਖਰਚਾ ਕਰਦੇ ਨੇ ਕਰਬਲਾ। ਇਹ ਤਕਰੀਬਨ ਤੀਸਰੀ ਵਾਰ ਇਹ ਕਲਾਮ ਮੈਂ ਤਲਾਵਤ ਕਰਨ ਲੱਗਾ ਤੇ ਜਿੱਥੇ ਪੜਿਆ ਮਿਰਾਜ ਹੋ ਗਿਆ ਲਾਲਾ। ਜਿਹੜੇ ਜ਼ਾਹਿਰ ਬੈਠੇ ਹੋ ਸਾਡੇ ਵਾਸਤੇ ਦੁਆ ਕਰੋ, ਜਿਹੜੇ ਜ਼ਾਹਿਰ ਨਹੀਂ ਜੋਲੀ ਚਾਹ ਕੇ ਦੁਆ ਪੇ ਮੰਗਣਾ, ਬਾਦਸ਼ਾਹ ਹੁਸੈਨ ਇਸ ਸਾਲ ਆਪਣੀ ਨਗਰੀ ਵਿਖਾਵੇ। ਤਵੱਜੋ, ਉਹਨਾਂ ਨੇ ਜਿਹੜਾ ਭਾਈਜਾਨ ਜਵਾਬ ਦਿੱਤਾ ਹੈ ਉਹ ਮੈਂ ਕਸੀਦਾ ਜਨਾਬ ਨੂੰ ਸੁਣਾਉਣਾ ਚਾਹੁੰਦਾ। ਲਾਲਾ ਪਹਿਲੀ ਸੱਦਰ ਤਵੱਜੋ, ਇਜਾਜ਼ਤ ਹੈ ਪੜ੍ਹੀਏ ਕਸੀਦਾ? ਇਹ ਕਸੀਦੇ ਵਾਲੀ ਸਲਵਾਦ ਪੜ੍ਹੋ ਨਾ ਅਤੇ ਮੈਂ ਕਸੀਦਾ ਸ਼ੁਰੂ ਕਰਾਂ। ਨਾ 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 ਨਾ, ਥੋੜ੍ਹੀ ਜਿਹੀ ਹੋਰ ਇਵੇਂ ਇਬਾਦਤ ਵਧਾਓ ਨਾ। ਹੈ ਜੀ ਜਿਸ ਜਾ ਖੁਦਾਏ ਓ ਕਰਬਲਾ ਹੈ, ਜਿਸ ਜਾ ਖੁਦਾ ਹੈ 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 ਓ ਕਰਬਲਾ ਹੈ। ਮੈਨੂੰ ਰੱਬ ਦਿਸੋ ਜਗਦੇ ਬਿਮਾਰਾਂ ਦੇ ਲਈ, ਮੈਨੂੰ ਰੱਬ ਦਿਸੋ ਜਗਦੇ ਬਿਮਾਰਾਂ ਦੇ ਲਈ, ਜਿਹੜੀ ਮਿੱਟੀ ਵਿੱਚ ਸਜਣਾ ਸ਼ਿਫਾ ਹੈ ਓ ਕਰਬਲਾ ਹੈ, ਬੋਲੋ ਹੈਦਰ ਹੈ ਓ ਕਰਬਲਾ ਹੈ, ਜਿਸ ਜਾ ਖੁਦਾ ਸਲਾਮ ਯਾਰ ਸਲਾਮ ਯਾਰ ਓ ਕਰਬਲਾ ਹੈ। ਕਿਬਲਾ ਦਾ ਹੁਕਮ ਆਈ, ਇੱਕ ਸੀਨੀਅਰ ਸੋਚ ਲਿਆ ਬਸ
ਐਵੇਂ ਦਸਤੀ ਮੈਂ ਕਿਹਾ ਬਈ ਸਦਕੇ ਬਸ ਦੁਆਵਾਂ ਮਿਲ ਗਿਆ ਦੁਆ ਵਾਸਤੇ ਹਾਜ਼ਰ ਹੋਇਆ ਜੀਓ ਬਿਸਮਿਲਾ ਸਦਕੇ ਜਾਵਾ ਹਾਏ ਹਾਏ ਸਦਕੇ ਜਾਵਾਂ ਸਦਕੇ ਮੈਂ ਸਦਕੇ ਜਾਵਾਂ ਤੁਹਾਡੀ ਹਯਾਤੀ ਹੋਏ ਮੈਂ ਨੌਕਰ ਫਿਰ ਪੜ ਦਿੰਦੇ ਹਾਂ ਬਈ ਜਿਸ ਜਾ ਖੁਦਾਏ ਓ ਕਰਬਲਾ ਹੈ ਜਿਸ ਜਾ ਖੁਦਾ ਹੈ ਓ ਕਰਬਲਾ ਹੈ ਬਸ ਪਈਆ ਜਿਸ ਜਾ ਖੁਦਾ ਹੈ ਓ ਕਰਬਲਾ ਹੈ ਮੈਨੂੰ ਰੱਬ ਦੀ ਸੋ ਜਗਦੇ ਬਿਮਾਰਾਂ ਦੇ ਲਈ ਮੈਨੂੰ ਰੱਬ ਦੀ ਸੋ ਜਗਦੇ ਬਿਮਾਰਾਂ ਦੇ ਲਈ ਜਿਹੜੀ ਮਿੱਟੀ ਵਿੱਚ ਸਜਣਾ ਸ਼ਿਫਾ ਏ ਓ ਕਰਬਲਾ ਹੈ ਭਾਈ ਹਾਏ 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 ਸਦਕੇ ਜਾਵਾ ਭਾਈ ਮੈਂ ਸਦਕੇ ਜਾਵਾ ਜੀਓ ਜਿਸ ਦਾ ਖੁਦਾ ਰੂਹਾਨੀਅਤ ਵਾਲੀ ਮਜਲਿਸ ਸ਼ੇਰਾ ਸਾ ਪੜਨ ਲਗਾ ਬਲਾ ਹੈ ਨਹੀਂ ਭਾਈ ਉਹਦਨ ਕਰਬਲਾ ਕਿਹੜੀ ਜਗ੍ਹਾ ਜਿਹੜਾ ਉਹਨਾਂ ਨੂੰ ਜਵਾਬ ਦਿੱਤਾ ਤੁਹਾਡੇ ਪੁੱਤਰ ਤੁਹਾਡੇ ਭਰਾ ਨਾ ਕਿਹਾ ਮਿੰਬਰ ਹੁਸੈਨ ਤੇ ਖੜ ਗਏ ਮੁਸਰ ਇੰਤਸਾਰ ਤੇ ਦੱਸਣਾ ਚਾਹੁੰਦਾ ਕਰਬਲਾ ਕਿਹੜੀ ਜਗ੍ਹਾ ਲਾਲਾ ਸੱਤਰ ਤਵਜੋ ਕਰਨੀ ਹੈ ਕਿਉਂਕਿ ਹਦੀਸ ਵੀ ਹੈ ਫਰਾਮੀਨ ਵੀ ਹਨ ਅਸਾਂ ਸਾਰੇ ਦੇ ਸਾਰੇ ਮੁਹੰਮਦ ਸਾਰੇ ਦੇ ਸਾਰੇ ਅਲੀ ਨਹੀਂ ਬਈ ਸੱਤਰ ਤੇ ਤਵਜੋ ਕਰਨੀ ਮੈਂ ਕਿਹਾ ਅਕਬਰ ਕਾਸਮ ਆਨੋ ਮੁਹੰਮਦ ਸਾਰੇ ਹੈਦਰ ਸਾਰੇ ਮੁਹੰਮਦ ਆ ਮੈਂ ਦਸਾਵਾ ਗੱਲ ਰੱਬ ਦੀ ਮਨਾਵਣ ਦੇ ਕੀਤੇ ਜਿਸ ਜਾ ਗੱਲ ਰੱਬ ਦੀ ਮਨਾਵਣ ਦੇ ਕੀਤੇ ਜਿਸ ਜਾ ਅਕੇਲਾ ਲੈ ਅਲੀ ਦਰ ਕੇ ਆਏ ਓ ਕਰਬਲਾ ਹੈ ਸਦਕੇ ਜਾਵਾਂ ਮੈਂ ਸਦਕੇ ਜਾਵਾਂ ਮੈਂ ਸਦਕੇ ਜਾਵਾਂ ਹੱਥ ਉੱਚੇ ਹੈ ਦਾਰੀ ਇਮਾਮ ਹੁਸੈਨ ਵਸਦ ਰੱਖੇ ਇਹਦੇ ਇੱਕ ਸ਼ੇਰ ਪੜ੍ਹ ਲਿਆ ਮੈਂ ਸਿਰਫ ਹੈ ਨਾ ਤੁਹਾਡੇ ਕੋਲੋਂ ਨਾ ਦੁਆ ਲੈਣੀ ਆਈ ਇਹ ਕਸੀਦਾ ਆਖਰੀ ਕਿਉਂਕਿ ਆਯਾਮ ਨੇ ਜਨਾਬੇ ਸਹੀ ਆਜ਼ਾਦ ਹੈ ਅੱਗੇ ਆਖਰੀ ਕਸੀਦਾ ਤੇ ਮਸਾਹਿਬ ਭਾਈ ਹੋਰੀ ਪੜ੍ਹ ਸਨ ਤੇ ਮੁਰਸ਼ਦ ਤਸ਼ਰੀਫ ਲਾਇਆ ਇਮਾਮ ਹੁਸੈਨ ਦੋਵੇਂ ਮੇਰੇ ਤੋਂ ਸੀਨੀਅਰ ਨੇ ਉਸਤਾਦਾਂ ਦਾ ਮਕਾਮ ਰੱਖਦੇ ਜਿਹੜਾ ਬੰਦਾ ਇਹ ਅਕੀਦਾ ਰੱਖਦਾ ਹੈ ਕਿ ਹੁਸੈਨ ਦੀ ਪਾਕ ਅੰਮਾ ਜਨਾਬ ਸੈਯਦਾ ਤੈਯਬਾ ਤਾਹਿਰਾ ਜ਼ਾਹਿਦਾ ਆਬਿਦਾ ਨਾਸਿਰਾ ਸਦੀਕਾ ਫਾਤਮਾ ਸੈਣ ਦੇ ਦੁਸ਼ਮਣਾਂ ਤੇ ਲਾਨਤ ਕਰਨਾ ਸਵਾਬ ਸਮਝਦਾ ਇਹ ਕਲਾਮ ਮੇਰਾ ਬੜਾ ਵਾਇਰਲ ਹੋਇਆ ਤਾਂ ਚਲੋ ਇਹ ਅਜ਼ੀਮ ਧਰਤੀ ਹੈ ਇੱਥੇ ਪੜ੍ਹ ਕੇ ਤੁਹਾਡੇ ਕੋਲ ਮਜ਼ੀਦ ਮੈਂ ਪੜ੍ਹਸਾਂ ਜੀ ਪੜ੍ਹਸਾਂ ਮੁਕੰਮਲ ਮਹੀਲੇ ਸਰ ਦਿਲ ਛੋਟਾ ਨਾ ਕਰੋ ਮੁਕੰਮਲ ਡਿਊਟੀ ਇਨਸ਼ਾਅੱਲਾ ਕਸੀਦਾ ਸੁਣਨਾ ਇਹ ਵੇਖਣਾ ਅਲਹਮਦੁਲਿਲਾ ਸਾਰਿਆਂ ਦਾਤ ਦਿੱਤੀ ਹੈ ਅਤੇ ਹੁਣ ਜਿਹੜਾ ਅੱਜ ਇੱਕ ਅੱਧਾ ਬੰਦਾ ਇੰਝ ਕਰਕੇ ਬੈਠਾ ਉਹਦਾ ਹੱਥ ਇੰਝ ਕਰਾਉਣ ਲੱਗ
ਜਿਸ ਕਸੀਦੇ ਤੇ ਨਾ ਬੋਲੇ ਤੇ ਉਹਦੇ ਨਾਲ ਬਹਿ ਕੇ ਨਾ ਮੋਢਾ ਹਿਲਾ ਕੇ ਆਖਾਂਗਾ ਮੇਰਾ ਵੀਰ ਇਸ ਮਾਈ ਫਹਮ ਸੁਣ ਔਰ ਸਮਝ ਸਦਕੇ ਜਾਵਾਂ ਤੋ ਮਾਲਿਕ ਵਸਦਾ ਰੱਖੇ ਕਸੀਦੇ ਤੇ ਤਵੱਜੋ ਵੇਖਣਾ ਬਾਬਾ ਜੀ ਦੀਵਾਰਾਂ ਬੋਲ ਪਈਆਂ ਜਿਹੜਾ ਕਸੀਦਾ ਮੈਂ ਸ਼ੁਰੂ ਕਰਨ ਲੱਗਾ ਪੜ੍ਹੀ ਕਸੀਦਾ ਜੀ ਕਿਵੇਂ ਆਖਾ ਓ ਜਨਤੇ 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 ਕਿਵੇਂ ਰਿਪੀਟ ਹੋਏਗਾ ਕਿਵੇਂ ਆਖੋ ਜਾਂਦੇ ਕਾਜ਼ਮ ਭਾਈ ਸਰ ਸਾਰਾ ਬੰਦਾ ਕਿਹੜਾ ਬੰਦਾ ਲੱਭਣਾ ਹੈ ਕਿਵੇਂ ਆਖਾ ਓ ਜਨਤੇ ਕਿਵੇਂ ਆਖਾ ਓ ਜਨਤੇ ਪੜੇ ਨਮਾਜ਼ ਸਾਰੇ ਜ਼ਿੰਦਗੀ ਕਾਬੇ ਵਿੱਚ ਖਲੋਕੇ ਪੜੇ ਨਮਾਜ਼ ਸਾਰੇ ਜ਼ਿੰਦਗੀ ਕਾਬੇ ਵਿੱਚ ਖਲੋਕੇ ਸਜਦੇ ਦੇ ਵਿੱਚ ਮਰ ਜਾਵੇ ਜ਼ਹਰਾ ਦਾ ਦੁਸ਼ਮਣ ਹੋ ਕੇ ਫੇਰ ਕਿਵੇਂ ਆਖਾ ਓ ਜਨਤੇ ਸਦਕੇ 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 ਜੀਓ ਜੀਓ ਜ਼ਾਕਰਾ ਕੋਲ ਦਾਦ ਮਿਲ ਗਈ ਸਦਕੇ ਜਾ ਹੱਥ ਚ ਹੈਦਰੀ ਫਿਰ ਹੈਦਰੀ ਫਿਰ ਹੈਦਰੀ ਫਿਰ ਹੈਦਰੀ ਜਿਹੜੀ ਗਦੀਰੀ ਬੈਠੋ ਹੱਥ ਚ ਹੈਦਰੀ ਮਾਲਿਕ ਵਸਦਾ ਰੱਖਣਾ ਕਿਬਲਾ ਸਤ ਅੱਛਾ ਮੈਂ ਨੌਕਰ ਸਾਨ ਦੇ ਲਈ ਫਿਰ ਪੜੀਏ ਬਾਈ ਕਿਵੇਂ ਆਖਾ ਓ ਜਨਤੇ ਸਾਰੇ ਜ਼ਿੰਦਗੀ ਕਾਬੇ ਵਿੱਚ ਕੋਈ ਹੋਵੇ ਪੜੇ ਨਮਾਜ਼ ਸਾਰੇ ਜ਼ਿੰਦਗੀ ਕਾਬੇ ਵਿੱਚ ਖਲੋਕੇ ਸਜਦੇ ਦੇ ਵਿੱਚ ਮਰ ਜਾਵੇ ਸਾਰਾ ਦਾ ਦੁਸ਼ਮਣ ਹੋ ਕੇ ਫੇਰ ਕਿਵੇਂ ਆਖਾ ਓ ਜਨਤੇ ਮੈਂ ਸਦਕੇ ਜਾਵਾਂ ਕਿਉਂਕਿ ਜਾਮਿਆ ਸਹਿਬੁਲ ਜ਼ਮਾਨ ਮਦਰਸਾ ਹੈ ਮੈਂ ਸਦਕੇ ਜਾਵਾਂ ਅੱਛਾ ਹੋਏ 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 ਮੈਂ ਸਦਕੇ ਜਾਵਾਂ ਸਦਕੇ ਜਾਵਾਂ ਸਦਕੇ ਸਦਕੇ ਜਾਵਾਂ ਮਾਲਿਕ ਵਸਦਾ ਰੱਖੇ ਕੀ ਬਾਤ ਜਿਓ ਮਲੰਗਾ ਜਿਓ 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 ਮਾਲਿਕ ਵਸਦਾ ਰੱਖੇ ਮੇਰੇ ਪਾਸ ਵੇਖੋ ਬਾਬਾ ਜੀ ਤਾਲੇ ਵਿਲਮ ਵੀ ਤਸ਼ਰੀਫ ਫਰਮਾਇਨ ਮੈਂ ਖੁਦ ਤਾਲੇ ਵਿਲਮ
ਮਾਲਿਕ ਅਲਾਮਾ ਸਾਹਿਬ ਦੀ ਜ਼ਿੰਦਗੀ ਦਰਾਜ਼ ਫਰਮਾਵੇ। ਜਿਹੜੇ ਮੈਂ ਸਤਰ ਪੜ੍ਹ ਲਾਂਗਾ, ਇੱਕ ਤਾਰੀਖ ਦਾ ਬਾਬੇ ਜਿਹੜਾ ਜਨਾਬ ਦੀਆਂ ਝੋਲੀਆਂ ਤੱਕ ਤੁਹਾਡਾ ਪੁੱਤਰ ਤੁਹਾਡਾ ਬਿਰਾ ਪਹੁੰਚਾਉਣ ਲੱਗਾ, ਪੜ੍ਹਨ ਨਹੀਂ ਲੱਗਾ, ਤੁਹਾਡੇ ਸੀਨੀਅਰ 'ਤੇ ਨਕਸ਼ ਕਰਨ ਲੱਗਾ, ਬਾਰ ਬਾਰ ਰਿਪੀਟ ਹੋ ਰਿਹਾ, ਕਿਵੇਂ ਆਖੋ ਜਨਤੀ ਹੈ, ਕਿਵੇਂ ਆਖੋ ਜਨਤੀ ਲਾਲਾ ਸਤਰ ਤਵਜੋ ਕਰਨ। ਜਿਹੜੀ ਬਾਤ ਕੀਤੀ ਮੈਂ ਕਿਹਾ, ਜਿਸ ਦਰ 'ਤੇ ਨਬੀ ਆਂਦੇ ਮੌਲਾ ਰੁਕ ਜਾਂਦੇ ਨੇ ਆ ਕੇ, ਇੰਨਾ ਮਹਦੀ ਆਇਤ ਪੜ ਕੇ ਆਣ ਇਜਾਜ਼ਤ ਲੈ ਕੇ, ਜਿਸ ਦਰ 'ਤੇ ਨਬੀਆਂ ਦੇ ਮੌਲਾ ਰੁਕ ਜਾਂਦੇ ਨੇ ਆ ਕੇ, ਇੰਨਾ ਮਹਦੀ ਆਇਤ ਪੜ ਕੇ ਆਣ ਇਜਾਜ਼ਤ ਲੈ ਕੇ, ਪਾਕ ਨਬੀ ਦੇ ਉਸੇ ਦਰ 'ਤੇ ਜਿਹੜਾ ਰੌਲਾ ਪਾਵੇ, ਗੱਲ ਰਸੂਲ ਦੀ ਕੱਢ ਕੇ ਜਿਹੜਾ ਆਪਣੀ ਗੱਲ ਮਨਵਾਵੇ, ਫਿਰ ਕਿਵੇਂ ਆਖਾ ਜਨਤੀ। ਸਦਕੇ ਜਾਵਾਂ, ਸਦਕੇ ਜਾਵਾਂ, ਸਦਕੇ ਜਾਵਾਂ, ਯਾ ਅਲੀ ਯਾ ਅਲੀ, ਸਦਕੇ ਜਾਵਾਂ। ਭਾਈ ਕਿਆ ਬਾਤ ਹੈ, ਜੀਓ ਮਾਲਿਕ ਵਸਦਰ ਕੇ ਹੱਥ ਉੱਚੇ, ਹੈਦਰੀ ਫਿਰ ਹੈਦਰੀ, ਸਦਕੇ ਜਾਵਾਂ, ਸਦਕੇ ਜਾਵਾਂ। ਬਿਸਮਿਲ੍ਲਾ ਨਹੀਂ ਬਾਈ, ਮੈਂ ਸੱਤਰ ਪੜ੍ਹਨ ਲੱਗਾ ਬਾਬਾ ਜੀ, ਮੈਂ ਪੜ੍ਹ ਕੇ ਚਲਾ ਜਾਂਦਾ, ਕਿਉਂਕਿ ਅਸੀਂ ਜਿਹੜਾ ਵੀ ਕਸੀਦਾ ਪੜ੍ਹਨੇ ਹਾਂ ਤਾਰੀਖ ਕੁਰਾਨ ਦੀ ਜ਼ਿਮਨ ਦੇ ਵਿੱਚ ਪੜ੍ਹਨੇ ਆ ਯਾਦ ਦੀ। ਲਾਲਾ ਜਿਹੜਾ ਮੈਂ ਸੱਤਰ ਪੜ੍ਹਨ ਲੱਗਾ, ਸਾਡੇ 'ਤੇ ਬਾਬਾ ਜੀ ਇਤਰਾਜ਼ ਹੋ ਸਕਦਾ, ਬਾਨੀਆਂ ਦੇ ਇਤਰਾਜ਼ ਹੋ ਸਕਦਾ ਕਿ ਮੌਸਮ ਇੰਤਜ਼ਾਰ, ਤਰੀਕ ਵੀ ਪੜ੍ਹੀ, ਹਦੀਸ ਵੀ ਪੜ੍ਹੀ, ਕੁਰਾਨ 'ਚ ਸਬੂਤ ਦੱਸ ਦਿੱਤਾ। ਮੈਂ ਆਖਿਆ ਮਿੰਬਰ ਹੁਸੈਨ ਦੇ ਖੜ੍ਹ ਕੇ ਮੈਂ ਤੈਨੂੰ ਕੁਰਾਨ 'ਚ ਸਬੂਤ ਦੇਣਾ ਚਾਹੁੰਦਾ, ਜਿਸ ਬੰਦੇ ਦੇ ਬਾਰੇ ਮੈਂ ਬਾਰ ਬਾਰ ਆਖ ਰਹੀ ਹੈ, ਕਿਵੇਂ ਆਖੋ ਜਨਤੀ, ਕਿਵੇਂ ਆਖੋ ਜਨਤੀ ਲਾਲਾ ਸੱਤਰ ਤਵਜੋ ਕਰਦੇ। ਮੈਂ ਆਖਿਆ ਰੱਬ ਰਹਿਮਾਨ ਨੇ ਆਖਿਆ ਸਰਵਰ ਖੁਮ ਵਿੱਚ ਮਿੰਬਰ ਲਾ ਦੇ, ਓ ਪੀਰ ਅਲੀ ਵਾਜਿਬ ਹੈ ਸਭ ਨੂੰ ਇਹ ਐਲਾਨ ਸੁਣਾ ਦੇ, ਰੱਬ ਰਹਿਮਾਨ ਨੇ ਆਖਿਆ ਸਰਵਰ ਖੁਮ ਵਿੱਚ ਮਿੰਬਰ ਲਾ ਦੇ, ਪੀਰ ਅਲੀ ਵਾਜਿਬ ਹੈ ਸਭ ਨੂੰ ਇਹ ਐਲਾਨ ਸੁਣਾ ਦੇ, ਅੱਜ ਵੀ ਨਾਮ ਅਲੀ ਦਾ ਸੁਣ ਕੇ ਜਿਸ ਦਾ ਮੂੰਹ ਸੁੱਜ ਜਾਵੇ, ਮੁੱਲਾ ਹੋ ਕੇ ਆਪਣੇ ਆਪ ਨੂੰ ਮੌਲਾ ਪਿਆ ਸਜਵਾਵੇ, ਫਿਰ ਕਿਵੇਂ ਆਖਾਇਓ ਜੈਤੀ। ਹੁਣ ਬੋਲੋ ਹੈਦਰ, ਹੈਦਰ, ਸਦਕੇ ਜਾਵਾਂ। ਅੱਛਾ ਮੈਂ ਨੌਕਰ ਬਾਬਾ, ਮੈਂ ਨੌਕਰ, ਮੈਂ ਨੌਕਰ, ਬਿਸਮਿਲ੍ਲਾ ਕਰਾਂ ਬਾਬਾ, ਮੈਂ ਨੌਕਰ ਸਾਰਿਆਂ ਦੇ ਲੈ ਬਈ, ਫਿਰ ਪੜ੍ਹੀਏ ਸੱਤਰ ਬਾਬਾ, ਮੈਂ ਨੌਕਰ ਸਾਰਿਆਂ ਦੇ ਲੈ। ਅੱਛਾ ਹੱਥ ਚ ਹੈਦਰੀ ਰੱਬ ਰਹਿਮਾਨ ਨੇ ਆਖਿਆ ਸਰਵਰ ਖੁਮ ਵਿੱਚ ਮਿੰਬਰ ਲਾ ਦੇ, ਓ ਪੀਰ ਅਲੀ ਵਾਜਿਬ ਹੈ ਸਭ ਨੂੰ ਇਹ ਐਲਾਨ ਸੁਣਾ ਦੇ, ਰੱਬ ਰਹਿਮਾਨ ਨੇ ਆਖਿਆ ਸਰਵਰ ਖੁਮ ਵਿੱਚ ਮਿੰਬਰ ਲਾ ਦੇ, ਪੀਰ ਅਲੀ ਵਾਜਿਬ ਹੈ ਸਭ ਨੂੰ ਇਹ ਐਲਾਨ ਸੁਣਾ ਦੇ, ਅੱਜ ਵੀ ਨਾਮ ਅਲੀ ਦਾ ਸੁਣ ਕੇ ਜਿਸ ਦਾ ਮੂੰਹ ਸੁਜ ਜਾਵੇ, ਮੁੱਲਾ ਹੋ ਕੇ ਆਪਣੇ ਆਪ ਨੂੰ ਮੌਲਾ ਪਿਆ ਸਜਵਾਵੇ, ਫਿਰ ਕਿਵੇਂ ਆਖਾਇਓ ਜਨਤੀ। ਸਦਕੇ ਜਾਵਾਂ, ਮੈਂ ਸਦਕੇ ਜਾਵਾਂ ਭਾਈ ਜਾਨ, ਜਿਹੜਾ ਬੰਦਾ ਘਰ ਜਾਂਦਾ ਹੈ, ਦੀ ਨੂੰ ਦੀ ਸੜੇਂਦਾ ਹੈ, ਭੈਣ ਨੂੰ ਭੈਣ ਸੜੇਂਦਾ ਹੈ, ਮਾਂ ਨੂੰ ਮਾਂ ਸੜੇਂਦਾ ਹੈ, ਪਹਿਚਾਨ ਕਿਸ ਕਰਵਾਈ? ਬੋਲੋ ਯਾਰ, ਬੋਲੋ ਯਾਰ, ਸਦਕੇ ਜਾਵਾਂ ਯਾਰ, ਬੋਲੋ ਯਾਰ, ਇੱਥੋਂ ਆਵਾਜ਼ ਆਉਣੀ ਚਾਹੀਦੀ, ਪਹਿਚਾਨ ਕਿਸ ਕਰਵਾਈ? ਇੱਕ ਵਾਰੀ ਦੋਵੇਂ ਹੱਥ ਉੱਚੇ, ਲੱਭੈ ਕੀਆ ਹੁਸੈਨ, ਲੱਭੈ ਕੀਆ ਹੁਸੈਨ, ਸਦਕੇ ਜਾਵਾਂ। ਮਾਲਿਕ ਜ਼ਿੰਦਗੀ ਦਰਾਜ਼ ਫਰਮਾਵੇ।
ਜਿਹੜਾ ਬੰਦਾ ਘਰ ਜਾਂਦਾ ਦੀਨ ਨੂੰ ਦੀ ਛੱਡੇਂਦਾ, ਬਹਿਣ ਨੂੰ ਬਹਿਣ ਛੱਡੇਂਦਾ, ਮਾਂ ਨੂੰ ਮਾਂ ਛੱਡੇਂਦਾ। ਲਾਲਾ ਪਹਿਚਾਨ ਬਾਦਸ਼ਾਹ ਹੁਸੈਨ ਨੇ ਕਰਵਾਈ, ਜਿਹੜਾ ਕੀਦਾ ਰੱਖਦਾ ਬਾਦਸ਼ਾਹ ਹੁਸੈਨ ਨੂੰ ਮੋਹਸਿਨ ਕਹਿਣਾ ਸਮਝਦਾ ਹੈ, ਮੋਹਸਿਨ ਇਨਸਾਨੀਅਤ ਸਮਝਦਾ। ਮੈਂ 70 ਪੜਾਂ ਇੱਜ਼ਤ ਹੁਸੈਨ ਦੀ, ਬੰਦਾ ਜ਼ਮੀਨ ਮਲ ਜਾਵੇ ਹੋ ਕਿਵੇਂ ਸਕਦਾ। ਲਾਲਾ ਮੇਰੇ ਪਾਸੇ ਵੇਖਣਾ ਬਾਈ, ਪੜ ਕੁਰਾਨ ਨਮਾਜ਼ ਰੋਜ਼ੇ ਹੱਜ ਵੀ ਕਰਕੇ ਆਵੇ ਓ ਸਿਰ ਮੁਨਵਾ ਕੇ ਰੱਬ ਦੀ ਰਾਤੇ ਲੱਖਾਂ ਪਿਆਰ ਲੁਟਾਵੇ। ਪੜ ਕੁਰਾਨ ਨਮਾਜ਼ ਰੋਜ਼ੇ ਹੱਜ ਵੀ ਕਰਕੇ ਆਵੇ ਸਿਰ ਮੁਨਵਾ ਕੇ ਰੱਬ ਦੀ ਰਾਤੇ ਲੱਖਾਂ ਪਿਆਰ ਲੁਟਾਵੇ। ਉਸ ਬੰਦੇ ਦੀ ਸਾਰੀ ਜ਼ਿੰਦਗੀ ਦੀਨ ਦੇ ਵਿੱਚ ਲੰਘ ਜਾਵੇ। ਇੱਕ ਦਿਨ ਆ ਕੇ ਪੁੱਤਰ ਰਸੂਲ ਦੀ ਮਜਲਿਸ ਨੂੰ ਰੁਕਵਾਵੇ ਫੇਰ ਕਿਵੇਂ ਆਖਾ ਉਠਤੀ। ਬਸ ਇਤਨੀ ਪੜ੍ਹਨਾ ਹੀ। ਬਹੁਤ ਸੋਹਣੇ ਪੁੱਛਣਾ ਮਾਲਿਕ ਵਸਦਾ ਰੱਖੇ, ਫਿਰ ਅਗਲੀ ਮਜਲਿਸ ਤੇ ਮਾਲਿਕ ਵਸਦਾ ਰੱਖੇ। ਇੱਕ ਆਸੂ ਕੇ ਵਜ਼ ਮਿਲਤਾ ਹੈ ਘਰ ਫਿਰ ਦੋਸਤ ਕਾ, ਇੱਕ ਆਸੂ ਕੇ ਵਜ਼ ਮਿਲਤਾ ਹੈ ਘਰ ਫਿਰ ਦੋਸਤ ਕਾ, ਹੈ ਕਿਸ ਕਦਰ ਸ਼ਬੀਰ ਨੇ ਜੰਨਤ ਕੋ ਸਸਤਾ ਕਰ ਦਿਆ। ਜਿਹੜਾ ਬੰਦਾ ਘਰੋਂ ਦੀਆਂ ਤੇ ਬਹਿਣਾ ਨੂੰ ਨਹੀਂ ਬਾਈ ਰਲਾ ਕੇ ਆਇਆ ਬਾਈ ਜਾਨ ਕਿ ਮੈਂ ਰੋ ਆਵਾਂ ਔਰ ਸੋਹਣਾ ਵਾਂ, ਹੁਸੈਨ ਅਲੀ ਅਕਬਰ ਦੀ ਲਾਸ਼ 'ਤੇ ਕਿਵੇਂ ਪਹੁੰਚਿਆ। ਮੈਂ ਉਸਤਾਦ ਨਾਲ ਸਾ ਗੁਜਰਾਂ ਵਾਲੇ ਮਜਲਿਸ ਸ਼ਹਾਦਤ ਸਰਕਾਰ ਅਲੀ ਅਕਬਰ ਬਾਦਸ਼ਾਹ ਸ਼ਹਿਨਸ਼ਾਹ ਦੀ ਮੇਰੇ ਉਸਤਾਦ ਮੋਹਤਰਮ ਸ਼ੁਰੂ ਕੀਤੀ, ਪਿੱਛੇ ਕਿਬਲਾ ਰਿਆਜ਼ ਹੁਸੈਨ ਰੱਤੋ ਆਲਾ ਲੱਲਾ ਮਕਾਮ ਉਹ ਤਸ਼ਰੀਫ ਫਰਮਾਨ, ਉਹਨਾਂ ਆਖਿਆ ਇੰਤਸਾਰ, ਉਹਨਾਂ ਆਖਿਆ ਜੀ ਬਾਬਾ ਜੀ, ਉਹਨਾਂ ਆਖਿਆ ਇੰਤਸਾਰ ਸਰਕਾਰ ਅਲੀ ਅਕਬਰ ਬਾਦਸ਼ਾਹ ਸੈਦਾਂ ਦੇ ਗਾਰ 'ਚ ਵਾਹਤ ਉਹ ਜਵਾਨ ਆਨ ਜਿਹਦੇ ਤੁਰ ਵੰਜਣ ਦੇ ਬਾਅਦ ਸੈਦਾਂ ਦੇ ਗਾਰ 'ਚ ਹਾਸਾ ਹੀ ਮੁੱਕ ਗਿਆ। ਮੈਂ ਸਦਕੇ ਜਾਵਾਂ ਤੋ ਬੜੇ, ਮੈਂ ਉਹ ਸਦਕੇ ਜਾਵਾਂ ਇਮਾਮ ਹੁਸੈਨ ਤੇਰੀ ਜ਼ਿੰਦਗੀ ਦਰਾਜ਼ ਫਰਮਾਵੇ। ਨਈਮ ਭਾਈ ਬੜੇ ਮਾਣ ਹਨ ਔਲਾਦ ਅਲੀ ਨੂੰ ਸਰਕਾਰ ਅਬਾਸ ਤੇ, ਜਦੋਂ ਪਤਾ ਲੱਗਾ ਨਾ ਅਲੀ ਦੀ ਦੇਹ ਨੂੰ ਕਿ ਮੇਰਾ ਗਾਜ਼ੀ ਮੇਰੇ ਨਾਲ ਹੈ ਤੇ ਹੁਸੈਨ ਦੇ ਪਾਸੇ ਦੇ ਜਾਂਦੇ, ਹੁਸੈਨ ਜੀ ਭੈਣ ਜੇ ਤਾਈ ਮੇਰਾ ਅਬਾਸ ਜੀਵੇ ਉਸ ਟਾਈਮ ਮੈਂ ਜੀਵਾਂ, ਮੇਰਾ ਗਾਜ਼ੀ ਜੋ ਨਾਲ ਹੈ ਮੈਂ ਸਦਕੇ ਜਾਵਾਂ। ਤੋ ਬਜ਼ੁਰਗਾਂ ਦਾ ਲਿਖ ਹੋਇਆ ਇੱਕ ਬੰਦ, ਉਸ ਤੋਂ ਆਪਣੀ ਮਹਿਲ ਦਾ ਆਗਾਜ਼ ਕਰਨ ਲੱਗਾ। ਬਹੁਤ ਖੂਬਸੂਰਤ ਤੁਸਾਂ ਇਸਤਕਬਾਲ ਕੀਤਾ, ਹੁਸੈਨ ਦੀ ਪਾਕ ਮਾਂ ਤੁਹਾਨੂੰ ਕਿਸੇ ਕਮੀਨ ਦਾ ਮੁਹਤਾਜ ਨਾ ਫਰਮਾਵੇ। ਔਰ ਮੇਰੇ ਭਾਈਓ ਜਿਨ੍ਹਾਂ ਨੇ ਜਵਾਨ ਬਿਰਾਏ ਬਿਰਾ ਜ਼ੋਰੇ ਕਮਰ ਹੁੰਦੇ ਨੇ, ਬਿਰਾ ਸਹਾਰੇ ਹੁੰਦੇ ਨੇ, ਜਿਨ੍ਹਾਂ ਜਵਾਨ ਬਿਰਾਏ ਜਵਾਨ ਮੌਤੋਂ ਹੀ ਹਨ, ਜਵਾਨ ਬਿਰਾ ਟੁਰ ਗਏ, ਨਿਆਜ਼ੇ ਮੌਲੋ ਮੇਰੇ ਪਾਸੇ ਡੇਕੇ ਰੱਜ ਕੇ ਰੋਸ ਪੜਦਾ ਪਿਆ ਨਹੀਂ ਕਰਬਲਾ ਨਹੀਂ ਬਣ ਗਈ ਮਜਲਿਸ ਨਾਈ 9 ਲੱਖ ਫੌਜ ਤੂੰ ਗਾਜ਼ੀ ਕੋ ਚੁੱਪ ਸ਼ਬੀਰ ਦਿਖਾ ਗਈ ਇਹਦੀ ਮੌਤ ਅਲੀ ਦੀਆਂ ਦੀਆਂ ਦੇ ਹੀ ਫਲ ਵਿੱਚ ਮਾਰ ਯਾ ਹੁਸੈਨ ਕਰ ਮਾਤਮ ਜੀ ਬਾਬਾ ਕਰਬਲਾ ਬਣ ਗਏ ਮਜਲਸ ਮੈਂ ਸਦਕੇ ਜਾਵਾਂ ਇਹਦੀ ਮੌਤ ਅਲੀ ਦੀਆਂ ਦੀਆਂ ਦੇ ਇੱਕ ਫਲ ਵਿੱਚ ਮਾਰ ਮਾਤਾ ਮਾਲੀ ਸੱਤਰ ਰੱਜ ਕੇ ਰੋ ਲਵੇ ਬੜੇ ਮਾਣਾ ਜੀ ਸਰਕਾਰ ਆਬਾਦ
ਪਿਆਈ ਦੀ ਪੱਤਰੀ ਸਾਲ ਦੀ ਆਵੋ ਕੁੱਲ ਮੇਲਾ ਤੂੰ ਬਸ ਉਹ ਲੈ ਰੰਗ ਲਾ ਗਈ ਕਦਮ ਮੁਲਤਾਨਾ ਲਿਓ ਜਦੋਂ ਸੈਣ ਰੁਕਈਆ ਤੂੰ ਪਹਿਲੇ ਇਹਦੀ ਲਾਸ਼ ਤੇ ਜ਼ੈਨਬ ਸਦਕੇ ਜਾਵਾ ਮੌਲਾ ਫੁਰਸਾ ਕਬੂਲ ਫਰਮਾਵੇ ਸਦਕੇ ਜਾਵਾ ਮੈਂ ਸਦਕੇ ਜਾਵਾ ਅਲਹਮਦੁਲਿਲਾ ਕਰਬਲਾ ਬਣ ਗਏ ਮਜਲਿਸ ਨਹੀਂ ਬਿਰਾ ਬੰਦੋ ਪੜਨ ਲੱਗਾ ਮਜਲਸਾਂ ਕਦਾ ਮੁਕੀਆਂ ਨਹੀਂ ਜਜ਼ਬਾਤੀ ਹੋਕਰ ਜ਼ਾਕਰੀਨ ਆ ਜਾਂਦੇ ਮੇਰੇ ਹਿੱਸੇ ਦੀਆਂ ਮਜਲਸਾਂ ਮੁੱਕ ਗਈਆਂ ਮਜਲਸਾਂ ਕਦਾ ਮੁਕੀਆਂ ਨਹੀਂ ਮਗਰ ਜਿਹੜਾ ਮੈਂ ਵਹਿਣ ਕਰਨ ਲੱਗਾ ਮੁਲਕ 'ਚ ਮੁਕਾਣਾ ਹੋਈਆਂ ਸੁਲਤਾਨ ਉਲ ਜ਼ਾਕਰੀਨ ਬਾਬਾ ਆਮਨ ਬਸ ਭੱਟੀ ਸਾਹਿਬ ਇੱਕ ਬੰਦ ਪੜਦੇ ਹੁੰਦੇ ਹਾਂ ਜਦੋਂ ਸਰਕਾਰ ਆਬਾ ਜ਼ੀਨ ਤੂੰ ਜ਼ਮੀਨ ਦੀ ਜ਼ੀਨਤ ਬਣੇ ਉਸ ਵੇਲੇ ਉਹਨਾਂ ਮੰਜ਼ਰਕਸ਼ੀ ਕੀਤੀ ਉਹਨਾਂ ਕਲਮ 'ਚ ਆਇਆ ਉਹਨਾਂ ਫਰਮਾਇਆ ਲੱਥਾ ਕਰਜ਼ ਲਹਾ ਕੇ ਘੋੜੇ ਤੂੰ ਤੇ ਮੱਕਾ ਰੋਜ਼ ਹੁਸੈਨ ਦੀ ਮਾਂ ਦਾ ਮੁੱਕੇ ਆਸ ਗਈ ਕੁੱਲ ਤਸਿਆਂ ਦੀ ਜੜਿਆ ਖਾਕ ਤੇ ਪਿਓਸ ਹੋ ਗਿਆ ਅਰ ਮਾਤਾ ਮਤ ਹਾਇ ਅਬਾ ਸਦਕੇ ਜੀ ਓ ਮੈਂ ਸਦਕੇ ਜਾਵਾਂ ਮੈਂ ਸਦਕੇ ਖੜ ਬਈ ਖੜ ਨਹੀਂ ਬਿਰਾ ਬਸ ਦੋ ਮਿੰਟ ਮੇਰੇ ਪਾਸ ਦੇਖਣਾ ਜਿੰਨਾ ਰੱਜ ਕੇ ਮਾਤਮ ਕਰਨਾ ਤੁਹਾਡੇ ਮਾਤਮ ਵਾਸਤੇ ਦੋ ਮੈਂ ਸਤਨਾ ਪੜਨਾ ਚਾਹੁੰਦਾ ਅੱਜ ਦੀ ਮਜਲੇ ਵਿੱਚ ਮੈਂ ਸਿਰਫ ਦੋ ਗੱਲਾਂ ਦੱਸਣੀਆਂ ਇਹ ਕਿਵੇਂ ਦੱਸਣਾ ਮੇਰੀ ਸਹਿਣ ਜ਼ੈਨਬ ਕਦਾਂ ਆਖਿਆ ਮੈਂ ਯਤੀਮਾਂ ਤੇ ਸਰਕਾਰ ਆਬਾਦ ਦੀ ਵਫਾ ਡਾਵੀ ਦੇ ਦੀ ਆਪਣੇ ਘੋੜੇ ਦੇ ਕੰਧ ਨਾਲ ਮੂੰਹ ਲਾ ਕੇ ਸਰਕਾਰ ਆਬਾਦ ਫਰਮਾਇਆ ਅਸ਼ਲ ਜੀ ਸਰਦਾਰ ਮੈਨੂੰ ਫੌਜ ਦਿਓ ਸਜੋ ਮੈਂ ਗਿਣੂ ਹਾਂ ਜਿੱਥੇ ਮੇਰਾ ਸਰਦਾਰ ਮੈਨੂੰ ਲੱਗਦਾ ਨਾ ਦੇਖੇ ਮੁਲਤਾਨਾ ਲਿਆਈ ਦੇ ਮਾਮ ਹੁਸੈਨ ਦੀ ਕਿਹੜੀ ਹਾਲਤ ਹੈ ਪੱਗ ਦੇ ਪੇਜ ਖੁੱਲ੍ਹ ਕੇ ਗੱਲ ਚਾਹੋ ਇਹਨ ਕਮਰ ਝੁੱਕੀ ਹੋਈ ਹੈ ਇਲਮੇ ਇਮਾਮਾਂ ਦੇ ਨਾਲ ਸੱਯਦ ਗੱਲਾਂ ਸੁਣੀਆਂ ਸਰਕਾਰ ਆਬਾਦ ਦੇ ਪਾਸ ਡੇਕ ਸੱਯਦਾ ਦਾ ਮੈਥੂ ਦੂਰ ਨਾ ਨਿਮੇ ਟੋਰ ਸੰਗ ਦਾ ਟੁੱਟ ਕਮਾਰ ਗਰੀਬ ਦੀ ਗਈ ਹੈ ਮੈਂ ਜੀਂਦਾ ਨਹੀਂ ਮੇਰਾ ਚੰਨ ਵੇਰਣ ਮੇਰੀ ਲਾਸ਼ ਸੜੇ ਕਰ ਮਾਤਾ ਸਦਕੇ ਓ ਮੈਂ ਸਦਕੇ ਜਾਵਾਂ ਸਦਕੇ ਜਾਵਾਂ ਅਲਹਮਦੁਲਿਲਾ ਅਲਹਮਦੁਲਿਲਾ ਸੋਹਣੇ ਮੁਕਾਣ ਦੀ ਇਹ ਸਰਕਾਰ ਆਬਾਦ ਦੀ ਵਫਾਈ ਜਿਹਨਾਂ ਰੱਜ ਕੇ ਮਾਥਮ ਕਰਨਾ ਮੈਂ ਦੱਸਣਾ ਮੇਰੀ ਸੈਣ ਜ਼ੈਨਬ ਕਦਾ ਆਖਿਆ ਮੈਂ ਯਤੀਮਾ ਨਹੀਂ ਬਾਈ ਇਸ ਇਲਾਕਿਆਂ ਲਓ ਮਿੰਬਰ ਹੁਸੈਨ ਦੀ ਅਜ਼ਮਤ ਦੀ ਕਸਮ ਹੈ 21 ਰਮਜ਼ਾਨ ਬਾਬਾ ਅਲੀ ਦੁਨੀਆ ਡੁੱਟੁਰਿਆ ਮੇਰੀ ਸੈਣ ਨਹੀਂ ਆਖਿਆ ਮੈਂ ਯਤੀਮਾ ਮਾਂ ਜ਼ਹਰਾ ਦੁਨੀਆ ਡੁੱਟੁਰੀ ਮੇਰੀ ਸੈਣ ਨਹੀਂ ਆਖਿਆ ਮੈਂ ਯਤੀਮਾ ਬਿਰਾ ਹਸਨ ਤੇ ਜਨਾਜ਼ੇ ਚ ਤੀਰ ਛਿੱਕੇ ਮੇਰੀ ਸੈਣ ਨਹੀਂ ਆਖਿਆ ਮੈਂ ਯਤੀਮਾ ਕਰੋ ਮੇਰੇ ਤੇ ਸਵਾਲ ਮੋਸਨ ਇੰਤਸਾਰ ਮੇਰੀ ਸੈਣ ਕਦਾ ਆਖਿਆ ਮੈਂ ਯਤੀਮਾ ਤਾਵੀ ਦਦੀ ਅੱਖ ਚ ਤੀਰ ਜਲ ਕੇ ਸਿਰ ਚ ਗੁਰ ਜਲ ਕੇ ਦੂਏ ਬਾਜ਼ੂ ਕਲਮ ਕਰਾ ਕੇ ਜਦੋਂ ਮਿੱਟੀ ਦੇ ਫਜ਼ਲ ਦਾ ਬਾਬਾ ਜਣਾ ਉਸ ਵੇਲੇ ਮੇਰੀ ਸੈਣ ਖਿਆਮ ਦੇ ਵਿੱਚ ਉੱਠ ਕੇ ਆਸਮਾਨ ਦੇ ਪਾਸੇ ਹੱਥ ਵਧਾ ਕੇ ਫਰਮਾਇਆ ਮੇਰਾ ਅੱਲਾ ਅੱਜ ਮੈਂ ਯਤੀਮਾ ਬਤ ਇੱਕ ਬੀਬੀ ਦੇ ਪਾਸ ਛੜੇ ਕੇ ਮੇਰੀ ਸਹਿਣ ਦੀ ਆਵਾਜ਼ ਆਉਂਦੀ ਮੈਂ ਕੋਈ ਨਹੀਂ ਜ਼ਾਮਨਾ ਉਹ ਤੁਹਾਡੇ ਪਰਦਿਆਂ ਦੀ ਬਣੇ ਹਰ ਕੋਈ ਖੁਦ ਨਿਗਰਾਨ ਮੇਰਾ ਗਾਜ਼ੀ ਲੈ ਗਿਆ ਜੀਨੂੰ ਤੂੰ ਮੇਰੀ ਕੈਦ ਦਾ ਹੋਣੇ ਸਦਕੇ ਕਰੋ ਮਾਤਾ ਦਾ ਹਾਇ ਅੱਬਾ ਆਖਰੀ ਵੇਲੇ
ਮਿੰਬਰ ਛੁੜਿਆ ਪਿਆ ਅਸੀਂ ਲਾ ਕੇ ਲਾ ਮੈਨੂੰ ਮਿੰਬਰ ਹੁਸੈਨ ਦੀ ਅਜ਼ਮਤ ਦੀ ਕਸਮ ਵੈਣੋ ਕਰਨ ਲੱਗਾ ਜਿਸ ਨਾ ਵੈਣਾ ਤੇ ਅਲੀ ਦੀ ਧੀ ਦੀ ਮੋਹਰ ਲੱਗੀ ਹੋਈ ਹੈ ਬਾਬਾ ਜੀ ਜਦੋਂ ਸਰਕਾਰ ਅਬਾਜ਼ੀ ਤੂੰ ਜ਼ਮੀਨ ਦੀ ਜ਼ੀਨਤ ਬਣੇ ਮੇਰੀ ਸੈਨ ਦੀ ਆਵਾਜ਼ ਆਉਂਦੀ ਅੱਬਾਸ 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 ਸਰਕਾਰ ਅਬਾਜ਼ ਦਾ ਕੋਈ ਜਵਾਬ ਨਹੀਂ ਆਇਆ ਮੇਰੀ ਸੈਨ ਦੀ ਆਵਾਜ਼ ਆਉਂਦੀ ਅੱਬਾਸ ਤੂੰ ਜੇ ਮੈਂ ਲੈਂਦਾ ਭੈਣ ਤੇਰੇ ਨਾਲ ਗੱਲ ਕਰਨਾ ਚਾਹੁੰਦੀ ਹੈ ਤੜਪੀਏ ਲਾਸ਼ ਮੇਰੀ ਸੈਨ ਰੁਨੀ ਹੈ ਵੈਣ ਕਰਕੇ ਮੇਰੀ ਸੈਨ ਦੀ ਆਵਾਜ਼ ਆਉਂਦੀ ਹੈ ਤੇਰੇ ਕਾਤਲਾਂ ਦੇ ਨਾਲ ਸਫ਼ਰ ਕਰਨਾ ਹੈ ਰੱਸੀਆਂ ਪਾ ਕੇ ਵੀਰ ਹੁਣ ਮੈਂ ਸ਼ਾਮ ਵਜ ਕਰ ਮਾਤਮਾ ਖਾਇਆ ਤਾ ਸਰਕਾਰ ਅਲੀ ਅਕਬਰ ਦੀ ਲਾਸ਼ ਤੇ ਵੈਣ ਹੁੰਦੇ ਪਿਆਨ ਸਰਕਾਰ ਕਸਮ ਦੇ ਟੁਕੜਿਆਂ ਤੇ ਵੈਣ ਆਉਂਦੇ ਪਿਆਨ ਯਾ ਖਿਆਮ ਦੇ ਵਿੱਚ ਖਾਲੀ ਅਲਮ ਤੇ ਖਾਲੀ ਮਸ਼ਕ ਆਈਏ ਅਲੀ ਦੀ ਧੀ ਦੀ ਨਜ਼ਰ ਪਈਏ ਵਾਲ ਖੁੱਲ ਗਏ ਕਰਬਲਾ ਦੀ ਖਾਕ ਸਾਡੇ ਚ ਰਵਾਈਏ ਰੁਨੀ ਅਲੀ ਦੀ ਧੀ ਇੱਕ ਇੱਕ ਬੀਬੀ ਦੇ ਪਾਸੇ ਡੇ ਕੇ ਮੇਰੀ ਸਹਿਣ ਦੀ ਆਵਾਜ਼ ਆਉਂਦੀ ਓਏ ਸਫ਼ਰ ਕਰਬਲਾ ਦਾ ਮੈਨੂੰ ਰਾਸ ਆਇਆ ਨਹੀਂ ਅਲਮ ਆ ਗਏ ਮਗਰ ਆਭਾਸ ਆ ਕਰਮਾ ਤੋਂ ਹਾਏ ਬਾ ਵਕਫੇ ਨਮਾਜ਼ ਕੀ ਫੌਰਨ ਬਾਅਦ ਜ਼ਾਕਿਰ ਅਲੀ ਬਾਬ ਮਦਾਹੇ ਆਲ ਮੁਹੰਮਦ ਜਨਾਬ ਗੁਲਾਮ ਸ਼ਬੀਰ ਗਨਪਾਲ ਔਰ ਉਨਕੇ ਫੌਰਨ ਬਾਅਦ ਮਦਾਹੇ ਆਲ ਮੁਹੰਮਦ ਮਖਦੂਮ ਸੈਦ ਜਲੀ ਸੈਦਰ ਕਾਜ਼ਮੀ ਉਨਕੇ ਬਾਅਦ ਮਦਾਹੇ ਆਲ ਮੁਹੰਮਦ ਖਤੀਬ ਨੌਜਵਾਨ ਜਨਾਬ ਆਗਾ ਸੈਦ ਤਾਸੀਰ ਹੈਦਰ ਨਕਵੀ ਔਰ ਉਨਕੇ ਫੌਰਨ ਬਾਅਦ ਜਨਾਬ ਜ਼ਰਗਾਮ ਬਾਸਖੀਚੀ ਉਨਕੇ ਬਾਅਦ ਮਦਾਹੇ ਆਲ ਮੁਹੰਮਦ ਜਨਾਬ ਅਲਾਮਾ ਸੈਦ ਅਉਨ ਅੱਬਾਸ ਨਕਵੀ ਉਨਕੇ ਬਾਅਦ ਜਨਾਬ ਗੁਲਾਮ ਅੱਬਾਸ ਮੈਸਮ ਉਨਕੇ ਬਾਅਦ ਜਨਾਬ ਅਲਾਮਾ ਸੈਦ ਫਜ਼ਲ ਅੱਬਾਸ ਨਕਵੀ ਸਾਹਿਬ ਸੁਲਤਾਨੁਲ ਖੁਤਬਾ ਵੋ ਖਿਤਾਬ ਫਰਮਾਏਗੀ ਔਰ ਉਨਕੇ ਫੌਰਨ ਬਾਅਦ ਜ਼ਾਕਿਰ ਅਲੀ ਬਾਬ ਮਦਾਹੇ ਆਲ ਮੁਹੰਮਦ ਜਨਾਬਾ ਵ ਸੈਦ ਵਕਾਰ ਹੈਦਰ ਸ਼ਿਰਾਜ਼ ਸਾਹਿਬ ਖਿਤਾਬ ਫਰਮਾਏਗੀ ਕਾਇਨਾਤ ਕੀ ਮਾਲਕਨ ਇਸਤੇਦਾ ਫਰਮਾਏ ਸਦਾ